ਅਸਲਾਮ ਵਾਲੇਕੁਮ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਵੀਰ ਸੁਹੇਲ ਮਨਜ਼ੂਰ, ਇੰਟਰਨੈਸ਼ਨਲ ਹਾਕੀ ਪਲੇਅਰ ਵਿਹਾੜੀ ਤੋਂ। ਲਓ ਜੀ ਦੋਸਤੋ, ਤੁਹਾਡੇ ਭਰਾ ਨੇ ਯੂਟਿਊਬ ਦਾ ਆਪਣਾ ਚੈਨਲ ਬਣਾ ਲਿਆ। ਇਹਦੇ 'ਤੇ ਜਿੰਨੀਆਂ ਹੋ ਸਕਣ ਆਪਣੀਆਂ ਜ਼ਿਆਦਾ ਤੋਂ ਜ਼ਿਆਦਾ ਮੁਹੱਬਤਾਂ ਨਿਛਾਵਰ ਕਰੋ, ਜ਼ਿਆਦਾ ਤੋਂ ਜ਼ਿਆਦਾ ਅਕਾਊਂਟ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਅਤੇ ਫਾਲੋ ਕਰੋ, ਅਤੇ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖੋ ਆਪਣੇ ਭਾਈ ਨੂੰ। ਬਸ ਸਲਾਮ। ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ, ਠੀਕ ਹੋ? ਲਓ ਜੀ ਦੋਸਤੋ, ਬਾਜਰਾ ਸ਼ਰੀਫ ਚੁੱਕ ਲਿਆ, ਮੁਰਗਿਆਂ ਦੀ ਕਬੂਤਰਾਂ ਦੀ ਖਿਦਮਤ ਕਰਨ ਚੱਲੇ। ਲਓ ਜੀ ਦੋਸਤੋ, ਛੱਤ ਇਸ ਟਾਈਮ ਮੌਜੂਦ ਆ ਅਤੇ ਲੋਕਾਂ ਦਾ ਸ਼ਿਕਾਰ ਵੀ ਛੱਤ 'ਤੇ ਮੌਜੂਦ ਹੈ। ਦਾਣੇ ਛਾਣੇ ਜਿਹੜੇ ਨੇ ਔਲਰੇਡੀ ਵੀ ਪਏ ਨੇ ਕੁੰਡੀ ਦੇ ਵਿੱਚ, ਕਬੂਤਰ ਚੁੱਕ ਰਹੇ ਨੇ ਮਜ਼ੀਦ। ਮੈਂ ਕਿਹਾ ਮੈਂ ਵੀ ਚੱਕਰ ਲਾ ਵਾਂ ਤਾਂ ਕੋਈ ਪਾਣੀ ਛਾਣੀ ਫਰੈਸ਼ ਕਰ ਦੀ। ਲਓ ਜੀ ਦੋਸਤੋ, ਮਾਸ਼ਾ ਅੱਲਾਹ ਕਬੂਤਰ ਤਾਂ ਚੰਗੇ ਲੱਗ ਰਹੇ ਨੇ। ਜ਼ਬਰਦਸਤ ਜੀ, ਮਾਸ਼ਾ ਅੱਲਾਹ ਦੋਸਤੋ, ਮਾਸ਼ਾ ਅੱਲਾਹ ਕਬੂਤਰ ਆਉਂਦੇ ਨੇ, ਦਾਣਾ ਛਾਣਾ, ਪਾਣੀ ਛਾਣੀ, ਆਪਣਾ ਅਨਾਜ ਪੂਰਾ ਕਰਕੇ ਤਾਂ ਜਨਾਬ ਉੱਡ ਜਾਂਦੇ ਨੇ। ਲਓ ਜੀ ਦੋਸਤੋ, ਛੱਤ 'ਤੇ ਆਪਾਂ ਆ ਗਏ ਹਾਂ ਅਤੇ ਅੱਜ ਧੁੱਪ ਵੀ ਜਿਹੜੀ ਉਹ ਕਹਿੰਦੀ ਕਿ ਮੈਂ ਅੱਜ ਹੀ ਹਾਂ, ਅਤੇ ਅੱਖਾਂ ਆਪਣੀਆਂ ਜਨਾਬ ਛੋਟੀਆਂ ਨੇ, ਧੁੱਪ 'ਚ ਨਹੀਂ ਖੁੱਲਦੀਆਂ, ਠੀਕ ਹੈ? ਅਤੇ ਕੁੱਕੜ ਹੋਰਾਂ ਨੂੰ ਅੱਜ ਖੋਲਦੇ ਹਾਂ, ਅੱਖਾਂ ਬੰਦ ਸਨ, ਬੰਦ ਇਸ ਤੋਂ ਨੇ ਕਿਉਂਕਿ ਇਹ ਨਾ ਛਲਾਂਗਾਂ ਲਾ ਕੇ ਗਵਾਂਢੀਆਂ ਦੀਆਂ ਛੱਤ 'ਤੇ ਅਤੇ ਪਰਾਂ ਥੱਲੇ ਪੂਰੀ ਬਦਮਾਸ਼ੀ ਕਰਦਾ, ਇਸ ਲਈ ਫਿਰ ਇਹਨੂੰ ਹੁਣ ਥੋੜ੍ਹਾ ਘੱਟ ਖੋਲੀਦਾ। ਮੈਂ ਦੇਖਿਆ ਹੁਣ ਇਹ ਕੁੱਕੜੀ ਦੇ ਮਗਰ ਇਹਦੀ ਤਬਾਹੀ ਲਾਏਗਾ। ਦੋਸਤੋ ਫਿਰ ਜੁੜੇ ਰਹੋ, ਛੱਤ ਦੀ ਥੋੜ੍ਹੀ ਜਿਹੀ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਜੁੜੇ ਰਹੋ। ਲਓ ਜੀ ਦੋਸਤੋ, ਆਪਣਾ ਸ਼ਾਮੂ ਜਿਹੜਾ ਹੈ ਉਹ ਫੁੱਲ ਮਸਤੀਆਂ ਕਰ ਰਿਹਾ। ਇੰਝ ਕਿਉਂ ਲੱਗ ਰਿਹਾ ਕਿ ਇਸ ਕੁੱਕੜੀ ਨੇ ਵੀ ਕੁੜਕ ਮਲ ਲਿਆ? ਸ਼ਿਕਾਰੀ ਦਰਾ ਦਰਾ ਵੇਖ ਕੇ ਦੱਸਣ ਕਿ ਕੁੱਕੜੀ ਨੇ ਕੁੜਕ ਮਲਿਆ ਜਾਂ ਉਂਝ ਹੀ ਇਸ ਤਰ੍ਹਾਂ ਕਰ ਰਹੀ ਹੈ। ਲਓ ਜੀ ਦੋਸਤੋ, ਇਸ ਟਾਈਮ ਆਪਾਂ ਛੱਤ 'ਤੇ ਮੌਜੂਦ ਹਾਂ, ਕਬੂਤਰਾਂ ਨੂੰ ਦਾਣਾ ਪਾ ਦਿੱਤਾ, ਪਾਣੀ ਛਾਣੀ ਪਾ ਦਿੱਤਾ ਬਰਤਨਾਂ ਦੇ ਵਿੱਚ, ਅਤੇ ਮਾਸ਼ਾ ਅੱਲਾਹ ਹਵਾ ਤਾਂ ਠੰਡੀ ਹੈ ਪਰ ਅੱਜ ਧੁੱਪ ਜਿਹੜੀ ਉਹ ਬਹੁਤ ਜ਼ਿਆਦਾ। ਧੁੱਪ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਜਨਾਬ ਮੈਂ ਥੋੜ੍ਹਾ ਜਿਹਾ ਅੱਗੇ ਹੋਵਾਂ ਅਤੇ ਆਪਣੀਆਂ ਅੱਖਾਂ ਨਹੀਂ ਖੁੱਲਦੀਆਂ, ਕਿਉਂ? ਧੁੱਪ ਬਹੁਤ ਜ਼ਿਆਦਾ ਅਤੇ ਆਪਣੀਆਂ ਅੱਖਾਂ 'ਤੇ ਛੋਟੀਆਂ, ਇਹ ਦੇਖਦੇ ਹੋ ਜਿਵੇਂ ਜਿਵੇਂ ਅੱਗੇ ਜਾ ਰਹੇ ਆਪਾਂ ਧੁੱਪ ਦੇ ਅਤੇ ਅੱਖਾਂ ਜਿਹੜੀਆਂ ਨੇ ਉਹ ਬੰਦ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਅਤੇ ਹੋਰ ਸੁਣਾਓ ਦੋਸਤੋ, ਤੁਸੀਂ ਤਾਂ ਵਿਸੇ ਤਾਂ ਠੀਕ ਨੇ, ਕੈਸੀ ਗੁਜ਼ਰ ਰਹੀ ਹੈ ਲਾਈਫ ਤੁਹਾਡੀ? ਆਪਣਾ ਪਿਆਰ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਦਿੰਦੇ ਰਹੋ ਤਾਂ ਕਿ ਅਸੀਂ ਮਜ਼ੀਦ ਵੀਡੀਓ ਜਿਹੜੀਆਂ ਬਣਾ ਸਕੀਏ। ਸਾਡੇ ਲਈ ਇੰਨਾ ਪਿਆਰ ਹੀ ਬੜਾ ਹੈ, 10, 20, 30, 40, 50 ਲਾਈਕ ਵੀ ਆ ਜਾਂਦੇ ਨੇ, ਵਿਊਜ਼ ਆ ਜਾਂਦੇ ਨੇ, ਬੜੇ ਨੇ ਸਾਡੇ ਲਈ, ਕਿਆ ਬਾਤ ਹੈ, ਤੁਹਾਡੀਆਂ ਮੁਹੱਬਤਾਂ ਨੂੰ ਸਲਾਮ। ਲਓ ਜੀ ਦੋਸਤੋ, ਛੱਤ 'ਤੇ ਆਪਾਂ ਮੌਜੂਦ ਹਾਂ ਅਤੇ ਇਸ ਟਾਈਮ ਮਾਸ਼ਾ ਅੱਲਾਹ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਨੀਲਾ ਆਸਮਾਨ, ਜ਼ਬਰਦਸਤ ਮੌਸਮ, ਜ਼ਬਰਦਸਤ ਵੈਦਰ, ਠੰਡੀਆਂ ਹਵਾਵਾਂ, ਮਾਸ਼ਾ ਅੱਲਾਹ ਗਰਮੀ ਵੀ ਹੈ, ਸੂਰਜ ਦੀ ਫੁੱਲ ਅੱਜ ਤਪਸ਼, ਪਰ ਜਿੱਥੇ ਜਿੱਥੇ ਸਾਇਆ ਉੱਥੇ ਬਿਹਤਰੀਨ ਜਿਹੜੀ ਇਹ ਠੰਡੀ ਹਵਾ,
ਇੰਝ ਮਹਿਸੂਸ ਹੋ ਰਹੀ ਹੈ। ਅਤੇ ਹੋਰ ਦੋਸਤੋ ਤੁਸੀਂ ਸੁਣਾਓ ਕਿਵੇਂ ਹੋ, ਤਬੀਅਤ ਸਿਹਤਾਂ ਠੀਕ ਨੇ? ਲਓ ਜੀ ਦੋਸਤੋ, ਮੁਰਗੀ ਮੈਂ ਆਪਣੀ ਬਿਠਾਈ ਸੀ ਅੰਡਿਆਂ 'ਤੇ, ਉਹਨੂੰ ਵੀ ਚੈੱਕ ਕਰਨੇ ਆ ਕਿ ਉਹਨੇ ਕੀ ਕੀਤਾ। ਅੰਡੇ ਉਂਡੇ ਖਰਾਬ ਸਨ ਕੁਛ ਜੋ ਮੈਨੂੰ ਲੱਗਦੇ ਸਨ, ਅਤੇ ਮਜ਼ੀਦ ਹੁਣ ਚੈੱਕ ਕਰਨੇ ਆ ਕਿ ਕਿੰਨਾ ਕੁ ਪ੍ਰੋਸੈਸ ਰਹਿ ਗਿਆ। ਮੇਰਾ ਖਿਆਲ ਹੈ ਕੋਈ 10-15 ਦਿਨ ਹੋ ਗਏ ਨੇ ਇਸ ਗੱਲ ਨੂੰ। ਠੀਕ ਹੈ, ਕੰਮ ਨੇੜੇ ਲੱਗਣ ਵਾਲਾ, ਬੱਚੇ ਬੁੱਚੇ ਜਦੋਂ ਨਿਕਲਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ। ਮਜ਼ੀਦ ਹੁਣ ਚੈੱਕ ਕਰਨੇ ਆ ਕਿ ਕੀ ਕਿੱਥੇ ਪਹੁੰਚ ਗਿਆ ਕੰਮ। ਦੋਸਤੋ, ਇਹ ਆਪਣੇ ਮੁਰਗਿਆਂ ਦਾ ਖੁੱਡਾ, ਇਹਦੇ ਅੰਦਰ ਚੱਲਦੇ ਹਾਂ ਆਪਾਂ, ਕਿਉਂਕਿ ਮੁਰਗੀ ਬਿਠਾਈ ਹੋਈ ਹੈ। ਉਹ ਸਾਹਮਣੇ ਦੇ ਨਾਲ ਦੇਖ ਸਕਦੇ ਹੋ ਤੁਸੀਂ, ਆਪਣੀ ਹੈ ਮੁਰਗੀ, ਖੁੱਡ 'ਤੇ ਬੈਠੀ ਹੈ। ਲਓ ਜੀ ਦੋਸਤੋ, ਆਪਣੇ ਵੱਲੋਂ ਤਾਂ ਮੈਂ ਜ਼ਰਾ ਨਾ ਮੁਰਗੀਆਂ ਦਾ ਖੁੱਡਾ ਇੰਝ ਵਸੀਹ ਬਣਾਇਆ। ਠੀਕ ਹੈ, ਪਹਿਲੇ ਮੈਂ ਮੁਰਗੀਆਂ ਬਹੁਤ ਜ਼ਿਆਦਾ ਰੱਖੀਆਂ ਹੋਈਆਂ ਸਨ, ਮੇਰਾ ਖਿਆਲ 100-150 ਮੁਰਗੀ ਸੀ, ਅਸੀਲ ਅਤੇ ਮਿਸਰੀ ਮਿਕਸ। ਉਹ ਅਸੀਂ ਸਰਦੀਆਂ ਦੇ ਵਿੱਚ, ਕਿਉਂਕਿ ਮੇਰਾ ਮੁਰਗੀਆਂ ਰੱਖਣ ਦਾ ਮਕਸਦ ਇੱਕ ਹੁੰਦਾ ਕਿ ਸਰਦੀਆਂ ਦੇ ਵਿੱਚ ਅੰਡੇ ਇਸਤੇਮਾਲ ਕਰਨੇ ਜ਼ਿਆਦਾ ਜ਼ਿਆਦਾ, ਅਤੇ ਗੋਸ਼ਤ, ਗੋਸ਼ਤ ਦੇ ਆਪਾਂ ਵੈਰੀ ਹਾਂ, ਅਤੇ ਗੋਸ਼ਤ ਆਪਾਂ ਖਾਈਦਾ ਸਿਰਫ ਦੇਸੀ, ਸਮਝ ਲਓ, ਨਾ ਬੱਕਰਾ ਖਾਈਦਾ ਨਾ ਕੱਟਾ। ਇਹ ਚੀਜ਼ਾਂ ਆਪਾਂ ਇਹਨਾਂ ਦੇ ਬਿਲਕੁਲ ਨੇੜੇ ਨਹੀਂ ਚਾਹੀਦਾ, ਇਸ ਲਈ ਇਹ ਚੀਜ਼ਾਂ ਨੂੰ ਆਪਾਂ ਪਾਲੀਦਾ ਤਾਂ ਕਿ ਅੱਛਾ ਗੋਸ਼ਤ, ਫਰੈਸ਼ ਗੋਸ਼ਤ ਖਾ ਸਕੀਏ। ਕਿਉਂਕਿ ਅੱਜ ਕੱਲ੍ਹ ਦੇ ਜੋ ਹਾਲਾਤ ਨੇ ਦੋਸਤੋ, ਤਾਜ਼ਾ ਗੋਸ਼ਤ ਅਤੇ ਅੱਛਾ ਗੋਸ਼ਤ ਉਹ ਨਹੀਂ ਮਿਲਦਾ। ਠੀਕ ਹੈ, ਤੁਸੀਂ ਅੱਜ ਕੱਲ੍ਹ ਕਿਸੇ 'ਤੇ ਯਕੀਨ ਨਹੀਂ ਕਰ ਸਕਦੇ। ਲਓ ਜੀ, ਕਬੂਤਰ ਵੀ ਆਏ ਸਨ, ਫਿਰ ਉੱਡ ਗਏ ਨੇ। ਤੁਸੀਂ ਅੱਜ ਕੱਲ੍ਹ ਕਿਸੇ 'ਤੇ ਯਕੀਨ ਨਹੀਂ ਕਰ ਸਕਦੇ, ਲਿਹਾਜ਼ਾ ਮੈਂ ਬਾਕੀ ਵੀ ਦੋਸਤਾਂ ਨੂੰ ਦਰਖਾਸਤ ਕਰਾਂਗਾ ਕਿ ਘਰ ਦੇ ਵਿੱਚ ਮੁਰਗੇ ਸ਼ੁਰਗੇ ਪਾਲਿਆ ਕਰੋ, ਤਾਂ ਕਿ ਜਦੋਂ ਦਿਲ ਕਰੇ ਗੋਸ਼ਤ ਖਾਣ ਨੂੰ ਤੁਸੀਂ ਘਰ ਜ਼ਿਬਾ ਕਰੋ ਅਤੇ ਖਾਓ। ਹਾਂ, ਅਗਰ ਘਰ ਨਹੀਂ ਖਾਣਾ, ਅਗਰ ਬਾਹਰੋਂ ਵੀ ਗੋਸ਼ਤ ਖਾਣਾ, ਮੇਰੀ ਤਮਾਮ ਦੋਸਤਾਂ ਨੂੰ ਰਿਕੁਐਸਟ ਹੈ ਕਿ ਬਾਜ਼ਾਰੀ ਗੋਸ਼ਤ ਨਾ ਖਾਓ, ਮਤਲਬ ਜਿਹੜਾ ਹੋਟਲਾਂ ਤੋਂ ਕੱਟਾ ਬੱਕਰਾ ਲੱਭਦਾ ਉਹ ਬਿਲਕੁਲ ਨਾ ਖਾਓ। ਕੁਛ ਲੋਕ ਤਾਂ ਹੈ ਨਾ ਜਿਹੜੇ ਅੱਛਾ ਗੋਸ਼ਤ ਦਿੰਦੇ ਨੇ, ਸਾਰਿਆਂ ਦੀ ਨਹੀਂ ਮੈਂ ਕਰਾਂਗਾ ਗੱਲ, ਪਰ ਆਲਮੋਸਟਲੀ ਗੋਸ਼ਤ ਜਿਹੜਾ ਹੋਟਲਾਂ ਤੋਂ ਅੱਛਾ ਨਹੀਂ ਮਿਲਦਾ। ਇਸ ਲਈ ਜੇ ਅਗਰ ਤੁਸੀਂ ਗੋਸ਼ਤ ਖਾਣਾ ਤਾਂ ਜਾ ਕੇ ਸਪੈਸ਼ਲ ਆਪਣੀਆਂ ਅੱਖਾਂ ਦੇ ਸਾਹਮਣੇ ਦੇਸੀ ਮੁਰਗਾ ਕਰਾਓ ਅਤੇ ਉਹ ਖਾਓ, ਤੁਸੀਂ ਸਿਹਤਮੰਦ ਵੀ ਰਹੋਗੇ ਅਤੇ ਬਿਮਾਰੀਆਂ ਤੋਂ ਵੀ ਬਚੇ ਰਹੋਗੇ। ਤੂੰ ਬਿਠਾਇਆ, ਠੀਕ ਹੈ, ਅਤੇ ਅੰਡੇ ਛੰਡੇ ਇਹਦੇ ਥੱਲੇ ਮੌਜੂਦ ਨੇ, ਇਹ ਆਪਣਾ ਫਸਟ ਐਕਸਪੀਰੀਅੰਸ ਹੈ, ਤੁਹਾਨੂੰ ਦਿਖਾ ਦਈਏ। ਠੀਕ ਹੈ, ਇਹ ਆਪਣਾ ਫਸਟ ਐਕਸਪੀਰੀਅੰਸ ਹੈ, ਦੇਖੋ ਮੁਰਗੀ ਬੱਚੇ ਕੱਢਦੀ ਹੈ ਕਿ ਨਹੀਂ। ਪਹਿਲੀ ਵਾਰੀ ਆਪਾਂ ਦੋਸਤੋ ਮੁਰਗੀ ਬਿਠਾਈਏ ਕੁੜਕ 'ਤੇ। ਠੀਕ ਹੈ, ਅੰਡੇ ਮੈਨੂੰ ਫੀਲ ਹੁੰਦੇ ਸਨ, ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀ, ਮੈਨੂੰ ਇੰਝ ਲੱਗਦਾ ਸੀ ਕਿ ਜਿਹੜੇ ਅੰਡੇ ਨੇ ਉਹ ਖਰਾਬ ਹੋ ਚੁੱਕੇ ਨੇ, ਪਰ ਅੱਜ ਮੁਰਗੀ ਹਲੇ ਬੈਠੀ ਹੈ ਅਤੇ ਕੋਈ ਉਹਨੇ ਅੰਡਾ ਵੀ ਨਹੀਂ ਤੋੜਿਆ। ਠੀਕ ਹੈ, ਸ਼ਾਇਦ ਬੱਚੇ ਬੁੱਚੇ ਨਿਕਲ ਆਉਣ, ਅਤੇ ਜੁੜੇ ਰਹੋ ਦੋਸਤੋ, ਇਸੇ ਤਰ੍ਹਾਂ ਆਪਣੇ ਮੁਹੱਬਤਾਂ ਦੇ ਸਿਲਸਿਲੇ ਜਾਰੀ ਰੱਖੋ ਤਾਂ ਕਿ ਮਜ਼ੀਦ ਜਿਹੜੀਆਂ ਵੀਡੀਓ ਬਣ ਸਕਣ। ਕੁੱਕੜੀ ਬਾਬਾ ਜੀ, ਕੋਸ਼ਿਸ਼ ਤਾਂ ਕੀਤੀ ਹੈ ਤੂੜੀ ਛੂੜੀ ਥੱਲੇ ਰੱਖ ਕੇ, ਉਸ ਤੋਂ ਬਾਅਦ ਅੱਗੇ ਛੱਡੇ ਰੱਖੇ। ਕੋਈ ਦੋਸਤੋ, ਫਰੈਸ਼ ਕਬੂਤਰ ਆ ਕੇ ਹੁਣੇ ਬੈਠੇ ਨੇ ਜਨਾਬ, ਅਤੇ ਇੱਕ ਹੋਰ ਉਤਰਨ ਦੀ ਕੋਸ਼ਿਸ਼ ਕਰ ਰਿਹਾ ਇਹ ਚੀਜ਼। ਹੁਣ ਦੇਖੋ ਜੀ, ਉਹਨਾਂ ਨੂੰ ਕੋਈ ਡਰ ਨਹੀਂ ਕਿ ਇਹ ਬੰਦਾ ਖਲੋਤਾ, ਇਹਨੇ ਸਾਨੂੰ ਫੜ ਲੈਣਾ, ਕਿਉਂ ਉਹਨਾਂ ਨੂੰ ਪਤਾ ਭਾਈ ਇਹਨੇ ਸਾਡੀ ਖਿਦਮਤ ਕਰਨੀ ਹੈ, ਅਤੇ ਖਿਦਮਤ ਕਰਕੇ ਇਹਨੇ ਥੱਲੇ ਟੁਰ ਜਾਣਾ, ਇਹਨੇ ਸਾਨੂੰ ਨਹੀਂ ਫੜਨਾ ਨਾ ਕੈਦ ਕਰਨਾ। ਠੀਕ ਹੈ, ਅੱਗੇ ਮੈਂ ਕਬੂਤਰ ਰੱਖੇ ਸਨ, ਉਹ ਸਾਹਮਣੇ ਖੁੱਡਾ ਆਪਣਾ, ਠੀਕ ਹੈ, ਕਬੂਤਰ ਰੱਖੇ ਸਨ, ਪਰ ਉਹਦਾ ਵੀ ਗੇਟ ਸ਼ੇਟ ਅਲੱਗ ਲੱਗਾ, ਪਰ ਉਹਦੇ ਥੱਲੇ ਅਸੀਂ ਰਸਤਾ ਬਣਾਇਆ ਸੀ, ਕਬੂਤਰ ਆਪੇ ਹੀ ਅੰਦਰ ਜਾਂਦੇ ਸਨ, ਆਪੇ ਹੀ ਬਾਹਰ ਜਾਂਦੇ ਸਨ, ਆਪਾਂ ਨਹੀਂ ਕੈਦ ਕੀਤਾ ਕਬੂਤਰਾਂ ਨੂੰ।
ਨਾ ਹੀ ਕਦੀ ਕਬੂਤਰਾਂ ਦੀ ਕੋਈ ਬਾਜ਼ੀਆਂ ਲਵਾਈਆਂ ਨੇ, ਕਦੀ ਨਹੀਂ ਐਸੀ ਹਰਕਤ ਕੀਤੀ। ਅਤੇ ਜਿਹੜੇ ਲੋਕ ਐਸੀ ਹਰਕਤਾਂ ਕਰਦੇ ਨੇ ਉਹ ਵੀ ਮਿਹਰਬਾਨੀ ਕਰੋ, ਕਬੂਤਰਾਂ 'ਤੇ ਜਿਹੜਾ ਨਾ ਜ਼ੁਲਮ ਘੱਟ ਕਰਿਆ ਕਰੋ, ਠੀਕ ਹੈ। ਇਹ ਬੇਜ਼ੁਬਾਨ ਪਰਿੰਦੇ ਹੁੰਦੇ ਨੇ, ਇਹ ਸਿਰਫ ਰੱਬ ਅੱਗੇ ਜਾ ਕੇ ਸ਼ਿਕਾਇਤਾਂ ਕਰਦੇ ਨੇ, ਠੀਕ ਹੈ। ਅਤੇ ਬੱਚੋ ਇਹਨਾਂ ਦੀਆਂ ਹਾਵਾਂ ਤੋਂ, ਬਦਦੁਆਵਾਂ ਤੋਂ ਬਚਿਆ ਕਰੋ ਅਤੇ ਇਹਨਾਂ 'ਤੇ ਜ਼ੁਲਮ ਨਾ ਕਰਿਆ ਕਰੋ, ਠੀਕ ਹੈ ਨਾ। ਹਾਂ, ਓਕੇ।